ਹਾਂਜੀ ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਅਸੀਂ ਕਮਰਸ ਦਾ ਸਕੋਪ ਡਿਸਕਸ ਕਰਾਂਗੇ। ਜੇ ਅਸੀਂ ਕਮਰਸ ਦੇ ਮੀਨਿੰਗ ਅਤੇ ਇਸ ਦੀ ਨੇਚਰ ਜਾਂ ਇਸ ਦੀ ਇੰਪੋਰਟੈਂਸ ਨੂੰ ਧਿਆਨ 'ਚ ਰੱਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਜ਼ਿਆਦਾ ਵਾਈਡ ਜਿਹੜਾ ਇਹ ਇਸ ਦਾ ਸਕੋਪ ਹੋ ਸਕਦਾ, ਕਿਉਂਕਿ ਸਾਰਾ ਦਾਰੋ ਮਦਾਰ ਹੈ ਜਿਹੜਾ ਸੋਸਾਇਟੀਜ਼ ਦਾ ਵਰਲਡ ਵਾਈਡ ਇਸ ਦੇ ਉੱਪਰ ਹੀ ਟਿਕਿਆ ਹੋਇਆ, ਤਾਂ ਹਰੇਕ ਫੀਲਡ ਦੇ ਵਿੱਚ ਇਸ ਦਾ ਜਿਹੜਾ ਮਹੱਤਵ ਆ, ਤਾਂ ਕਮਰਸ ਆ ਜਿਹੜੀ ਉਹ ਬਹੁਤ ਹੀ ਜ਼ਿਆਦਾ ਇੱਕ ਫੈਲਿਆ ਹੋਇਆ ਵਿਸ਼ਾ ਵਸਤੂ ਆ ਇਸ ਦਾ। ਕਮਰਸ ਐਜ ਆ ਫੀਲਡ ਆਫ ਸਟੱਡੀ ਐਂਡ ਪ੍ਰੈਕਟਿਸ ਐਨਕੰਪਾਸਿਸ ਆ ਵਾਈਡ ਰੇਂਜ ਆਫ ਐਕਟੀਵਿਟੀਜ਼ ਰਿਲੇਟਡ ਟੂ ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਸ। ਗਲੋਬਲ ਇਕੋਨਮੀ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਆ ਇਹਦਾ, ਜਿਹੜਾ ਟ੍ਰੇਡ ਦੀਆਂ ਫੈਸਿਲਿਟੀਜ਼, ਇਕਨੋਮਿਕ ਡਿਵੈਲਪਮੈਂਟ ਆ, ਇਹ ਸਾਰੀ ਚੀਜ਼ ਲਈ ਬਹੁਤ ਹੀ ਮਹੱਤਵਪੂਰਨ ਰੋਲ ਆ। ਤਾਂ ਇਸ ਦਾ ਸਕੋਪ ਆ ਜਿਹੜਾ ਉਹਦੇ ਲਈ ਅਸੀਂ ਕਾਫੀ ਸਾਰੇ ਪੁਆਇੰਟਸ ਨੇ ਜਿਹੜੇ ਡਿਸਕਸ ਕਰਨੇ ਨੇ। ਥੋੜ੍ਹੀ ਵੀਡੀਓ ਲੰਬੀ ਹੋ ਸਕਦੀ ਹੈ, ਇਸ ਲਈ ਐਂਡ ਤੱਕ ਤੁਸੀਂ ਇਸ ਨੂੰ ਅੰਡਰਸਟੈਂਡ ਕਰਨ ਲਈ, ਸਮਝਣ ਲਈ ਬਣੇ ਰਹਿਣਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਏਰੀਆ ਆਫ ਸਟੱਡੀ ਦੀ। ਤਾਂ ਇਹਦੇ ਵਿੱਚ ਜਿਹੜਾ ਏਰੀਆ ਆਫ ਸਟੱਡੀ, ਸਬਜੈਕਟ ਮੈਟਰ ਆਫ ਕਮਰਸ ਵੀ ਕਹਿ ਸਕਦੇ ਹਾਂ ਇਹਨੂੰ, ਇਹਦੇ ਵਿੱਚ ਬਿਜ਼ਨਸ ਸਟੱਡੀਜ਼ ਆ ਜਾਂਦੀਆਂ ਨੇ। ਬਿਜ਼ਨਸ ਸਟੱਡੀਜ਼ ਨੇ ਜਿਹੜੀਆਂ ਉਹ ਵੇਰੀਅਸ ਆਸਪੈਕਟਸ ਆਫ ਬਿਜ਼ਨਸ ਬਾਰੇ ਹੁੰਦੇ ਨੇ, ਇਹਨੂੰ ਕਵਰ ਕਰਦੇ ਨੇ, ਇਨਕਲੂਡਿੰਗ ਮੈਨੇਜਮੈਂਟ, ਫਾਈਨਾਂਸ, ਮਾਰਕੀਟਿੰਗ ਐਂਡ ਆਪਰੇਸ਼ਨਸ। ਨੈਕਸਟ ਇਕਨੋਮਿਕਸ ਆ ਜਾਂਦੀ ਹੈ, ਇਹਦੇ ਵਿੱਚ ਇਗਜ਼ਾਮਿਨਸ ਦਾ ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ ਐਂਡ ਕੰਜ਼ਮਪਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਇਨ ਐਨ ਇਕੋਨਮੀ। ਅਕਾਊਂਟੈਂਸੀ ਇਸ ਦਾ ਵਿਸ਼ਾ ਵਸਤੂ ਦੇ ਵਿੱਚ ਆਉਂਦੀ ਆ, ਫੋਕਸਿਸ ਔਨ ਰਿਕਾਰਡਿੰਗ, ਕਲਾਸੀਫਾਈਂਗ ਐਂਡ ਇੰਟਰਪ੍ਰੇਟਿੰਗ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਆਫ ਬਿਜ਼ਨਸ। ਕਰੀਅਰ ਓਪਰਚੁਨਿਟੀਜ਼ ਦੀ ਗੱਲ ਕਰੀਏ ਜੇ ਅਸੀਂ, ਤਾਂ ਜਿਹੜੀ ਕਰੀਅਰ ਓਪਰਚੁਨਿਟੀਜ਼ ਨੇ ਉਹਦੇ ਵਿੱਚ ਇੰਟਰਪ੍ਰਨਿਓਰਸ਼ਿਪ ਕਰ ਸਕਦੇ ਹਾਂ ਅਸੀਂ। ਕਮਰਸ ਗ੍ਰੈਜੂਏਟਸ ਓਫਨ ਸਟਾਰਟ ਦੇਅਰ ਬਿਜ਼ਨਸ, ਕੰਟਰੀਬਿਊਟ ਟੂ ਇਕਨੋਮਿਕ ਗਰੋਥ ਐਂਡ ਜੋਬ ਕ੍ਰੀਏਸ਼ਨ। ਫਿਰ ਕਾਰਪੋਰੇਟ ਸੈਕਟਰ, ਓਪਰਚੁਨਿਟੀਜ਼ ਇਨ ਵੇਰੀਅਸ ਇੰਡਸਟਰੀ ਸੱਚ ਐਜ ਫਾਈਨਾਂਸ, ਮੈਨੂਫੈਕਚਰਿੰਗ, ਰਿਟੇਲ ਐਂਡ ਟੈਕਨੋਲੋਜੀ। ਨੈਕਸਟ ਹੈ ਫਾਈਨਾਂਸ ਐਂਡ ਬੈਂਕਿੰਗ, ਰੋਲਸ ਇਨ ਬੈਂਕਿੰਗ, ਇਨਵੈਸਟਮੈਂਟ ਐਂਡ ਫਾਈਨੈਂਸ਼ੀਅਲ ਪਲਾਨਿੰਗ, ਮਾਰਕੀਟਿੰਗ ਐਂਡ ਸੇਲਸ ਇਨਵੋਲਵਸ ਕ੍ਰੀਏਟਿੰਗ ਐਂਡ ਇੰਪਲੀਮੈਂਟਿੰਗ ਸਟਰੈਟਜੀ ਟੂ ਪ੍ਰਮੋਟ ਐਂਡ ਸੈਲ ਪ੍ਰੋਡਕਟਸ ਆਫ ਔਰ ਸਰਵਿਸਿਸ। ਫਿਰ ਅਕਾਊਂਟਿੰਗ ਐਂਡ ਆਡਿਟਿੰਗ, ਓਪਰਚੁਨਿਟੀਜ਼ ਇਨ ਅਕਾਊਂਟਿੰਗ ਫਰਮਸ, ਆਡਿਟਿੰਗ ਐਂਡ ਫਾਈਨੈਂਸ਼ੀਅਲ ਐਨਾਲਾਈਸਿਸ। ਫਿਰ ਇੰਟਰਨੈਸ਼ਨਲ ਟ੍ਰੇਡ, ਇਨਵੋਲਵਸ ਮੈਨੇਜਿੰਗ ਇੰਪੋਰਟ ਐਂਡ ਐਕਸਪੋਰਟ ਐਸ ਵੈਲ ਐਜ ਨੈਵੀਗੇਟਿੰਗ ਗਲੋਬਲ ਮਾਰਕੀਟਸ। ਇਕਨੋਮਿਕ ਡਿਵੈਲਪਮੈਂਟ ਆ ਜਿਹੜੀ ਉਹ ਵੀ ਇਸ ਦੇ ਖੇਤਰ ਦੇ ਵਿੱਚ ਆਉਂਦੀ ਆ। ਕਮਰਸ ਇਜ਼ ਅ ਡਰਾਈਵਿੰਗ ਫੋਰਸ ਬਿਹਾਈਂਡ ਇਕਨੋਮਿਕ ਡਿਵੈਲਪਮੈਂਟ ਬਾਏ ਪ੍ਰਮੋਟਿੰਗ ਟ੍ਰੇਡ ਐਂਡ ਬਿਜਨਸ ਐਕਟੀਵਿਟੀਜ਼। ਦੂਸਰੀ ਗੱਲ ਆ, ਇਟ ਫੈਸਿਲਿਟੇਟਸ ਦਾ ਐਫੀਸ਼ੈਂਟ ਐਲੋਕੇਸ਼ਨ ਆਫ ਰਿਸੋਰਸਿਸ ਲੀਡਿੰਗ ਟੂ ਇਨਕਰੀਜ਼ਡ ਪ੍ਰੋਡਕਟੀਵਿਟੀ। ਗਲੋਬਲਾਈਜੇਸ਼ਨ, ਕਮਰਸ ਪਲੇਜ਼ ਅ ਕਰੂਸ਼ੀਅਲ ਰੋਲ ਇਨ ਦਾ ਪ੍ਰੋਸੈਸ ਆਫ ਗਲੋਬਲਾਈਜੇਸ਼ਨ ਬਾਏ ਕਨੈਕਟਿੰਗ ਬਿਜਨਸ ਐਂਡ ਮਾਰਕੀਟ ਵਰਲਡਵਾਈਡ। ਦੂਜੇ ਨੰਬਰ 'ਤੇ ਮਲਟੀਨੈਸ਼ਨਲ ਕਾਰਪੋਰੇਸ਼ਨਸ ਅੰਗੇਜ ਇਨ ਕ੍ਰੋਸ ਬਾਰਡਰ ਟ੍ਰੇਡ, ਕੰਟਰੀਬਿਊਟਿੰਗ ਟੂ ਇਕਨੋਮਿਕ ਇੰਟਰਡਿਪੈਂਡੈਂਸੀ। ਫਿਰ ਅੱਗੇ ਗੱਲ ਕਰਾਂਗੇ ਅਸੀਂ ਟੈਕਨੋਲੋਜੀਕਲ ਇੰਟੀਗ੍ਰੇਸ਼ਨ ਦੀ, ਇਹ ਵੀ ਇਸ ਦਾ ਵਾਈਡ ਸਕੋਪ ਦੇ ਵਿੱਚ ਆਉਂਦਾ। ਐਡਵਾਂਸਮੈਂਟ ਇਨ ਟੈਕਨੋਲੋਜੀ ਹੈਵ ਟ੍ਰਾਂਸਫਾਰਮਡ ਕਮਰਸ, ਲੀਡਿੰਗ ਟੂ ਈ ਕਮਰਸ, ਡਿਜੀਟਲ ਮਾਰਕੀਟਿੰਗ, ਔਨਲਾਈਨ
financial transactions. Integration of technology has increased efficiency and expanded the reach of business. Education and research ਦੀ ਗੱਲ ਕਰੀਏ, commerce is a field of academic study and educational institutions offer programs in business, economic and related disciplines. Research in commerce contributes to a deeper understanding of economic trends, consumer behavior and business strategies. Government policy and policies ਦੇ ਵਿੱਚ government formulate policies related to commerce to regulate trade, ensure fair competition and promote economic stability. Professionals in commerce may work with government agencies to provide expertise to economic matters. Fir risk management, commerce involves assessing and managing risk, especially in areas such as finance and investment. ਤਾਂ ਰਿਸਕ ਮੈਨੇਜਮੈਂਟ ਦੇ ਵਿੱਚ ਦੂਜੀ ਗੱਲ ਕੀ ਆ, ਪ੍ਰੋਫੈਸ਼ਨਲਸ ਹੈਲਪ ਆਰਗੇਨਾਈਜੇਸ਼ਨਸ ਆਈਡੈਂਟੀਫਾਈ ਐਂਡ ਮਿਟੀਗੇਟ ਪੋਟੈਂਸ਼ੀਅਲ ਥ੍ਰੈਟਸ। ਫਿਰ ਸੋਸ਼ਲ ਇੰਪੈਕਟ ਆ, ਕਮਰਸ ਇਨਫਲੂਐਂਸ ਸੋਸਾਇਟੀਅਲ ਵੈਲਬੀਇੰਗ ਬਾਈ ਕ੍ਰੀਏਟਿੰਗ ਜੋਬ ਓਪਰਚੁਨਿਟੀਜ਼ ਐਂਡ ਕੰਟਰੀਬਿਊਟਿੰਗ ਟੂ ਕਮਿਊਨਿਟੀ ਡਿਵੈਲਪਮੈਂਟ। ਦੂਜੇ ਵਾਸਤੇ ਕੀ ਆ, ਸੋਸ਼ਲ ਰਿਸਪੋਂਸੀਬਿਲਟੀ ਐਂਡ ਐਥੀਕਲ ਬਿਜਨਸ ਪ੍ਰੈਕਟਿਸ ਆਰ ਇਨਕਰੀਜ਼ਿੰਗਲੀ emphasized in the field. Continue evolution. Commerce is dynamic, adapting to changes in technology, consumer preferences, global economic conditions. Professionals in commerce need to stay updated industry trend and innovation. ਹੁਣ ਇੱਥੇ ਅਸੀਂ ਇਸ ਚੀਜ਼ ਦਾ ਐਂਡ ਨਹੀਂ ਕਰਦੇ, ਅਸੀਂ ਇਹਦੇ ਨਾਲ ਥੋੜ੍ਹਾ ਹੋਰ ਰਿਲੇਟ ਕਰਾਂਗੇ ਤਾਂ ਕਿ ਤੁਹਾਨੂੰ ਜਿਹੜੀ ਅੰਡਰਸਟੈਂਡਿੰਗ ਆ ਉਹ ਫੁੱਲ ਫਲੈਜ ਅੰਡਰਸਟੈਂਡਿੰਗ ਹੋਵੇ ਸਕੋਪ ਆਫ ਕਮਰਸ ਦੀ। ਇਹਦੇ ਵਿੱਚ ਚਾਰ ਕੈਟਾਗਰੀਜ਼ ਦੇ ਵਿੱਚ ਮੇਨ ਅਸੀਂ ਵੰਡਿਆ ਹੋਇਆ, ਨੰਬਰ 1, ਨੰਬਰ 2, ਨੰਬਰ 3 ਅਤੇ ਨੰਬਰ 4। ਪਹਿਲੇ ਨੰਬਰ 'ਤੇ ਸਬਜੈਕਟ ਮੈਟਰ ਆਫ ਕਮਰਸ, ਜਿਹਦੇ ਵਿੱਚ ਅਕੈਡੈਮਿਕ, ਪ੍ਰੈਕਟੀਕਲ ਅਤੇ ਪ੍ਰੋਫੈਸ਼ਨਲ ਆਉਂਦਾ ਹੈ। ਦੂਜੇ ਨੰਬਰ 'ਤੇ ਅਸੀਂ ਫੋਰਮਸ ਆਫ ਟਰੇਡ ਔਰਗੇਨਾਈਜੇਸ਼ਨ, ਟਾਈਪਸ ਆਫ ਟਰੇਡਸ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਹੋਮ ਟਰੇਡ ਅਤੇ ਫੋਰਨ ਟਰੇਡ ਆਉਂਦਾ, ਇਹ ਵੀ ਵਿਸ਼ਾ ਵਸਤੂ ਆ ਕਮਰਸ ਦਾ। ਐਕਟੀਵਿਟੀਜ਼ ਰਿਲੇਟਡ ਟੂ ਕਮਰਸ, ਪ੍ਰਾਇਮਰੀ ਐਕਟੀਵਿਟੀਜ਼ ਅਤੇ ਆਗਜ਼ਿਲਰੀਜ਼ ਜਿਹੜੀਆਂ ਨੇ ਉਹ ਨੈਕਸਟ, ਜਿਹੜੀਆਂ ਨੇ ਬੇਸਿਕ ਇੰਸਟੀਟਿਊਸ਼ਨਸ ਆਫ ਕਮਰਸ ਜਿਵੇਂ ਬੈਂਕਸ ਜਿਹੜੇ ਨੇ ਉਹ ਵੀ ਇਹਦੇ ਖੇਤਰ ਅਧੀਨ ਆਉਂਦੇ ਨੇ। ਟਰਾਂਸਪੋਰਟ ਕੰਪਨੀਜ਼, ਮੀਨਸ ਆਫ ਕਮਿਊਨੀਕੇਸ਼ਨ, ਇੰਸ਼ੋਰੈਂਸ ਕੰਪਨੀਜ਼, ਟਰੇਡ ਐਸੋਸੀਏਸ਼ਨ, ਇਸ ਤੋਂ ਇਲਾਵਾ ਹੋਰ ਜਿਹੜੀਆਂ ਏਜੰਸੀਜ਼ ਨੇ ਉਹ ਇਹਦੇ ਲਈ ਕੰਮ ਕਰਦੀਆਂ ਨੇ। ਤਾਂ ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਅੱਗੇ ਹੋਰ ਐਕਸਪਲੇਨ ਕਰਾਂਗੇ ਅਸੀਂ, ਟਰੇਡ ਦੇ ਵਿੱਚ ਕੀ ਕੁਛ ਆਉਂਦਾ। ਡੋਮੈਸਟਿਕ ਟਰੇਡ ਆਉਂਦਾ ਹੈ, ਇੰਟਰਨੈਸ਼ਨਲ ਟਰੇਡ ਆਉਂਦਾ ਹੈ ਅਤੇ ਇੰਪੋਰਟ ਐਂਡ ਐਕਸਪੋਰਟ ਟਰੇਡ ਆਉਂਦਾ ਹੈ। ਟਾਈਪਸ ਆਫ ਕਮਰਸ ਦੇ ਵਿੱਚ ਰਿਟੇਲ ਕਮਰਸ ਆਉਂਦੀ ਆ, ਹੋਲਸੇਲ ਕਮਰਸ ਆਉਂਦੀ ਆ, ਈ ਕਮਰਸ ਆਉਂਦੀ ਆ, ਮੋਬਾਈਲ ਕਮਰਸ ਆਉਂਦੀ ਆ ਅਤੇ ਡਿਜੀਟਲ ਕਮਰਸ ਆਉਂਦੀ ਆ। ਤਾਂ ਇਸ ਸਕੋਪ ਦੇ ਵਿੱਚ ਇਹ ਚੀਜ਼ ਆਉਂਦੀ ਆ। ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਆਉਂਦੀਆਂ ਨੇ ਇਸ ਦੇ ਵਿੱਚ, ਜਿਹਦੇ ਵਿੱਚ ਬੈਂਕਿੰਗ ਹੋ ਗਈ, ਇੰਸ਼ੋਰੈਂਸ ਹੋ ਗਈ, ਇਨਵੈਸਟਮੈਂਟ ਹੋ ਗਈ, ਤਾਂ ਇਹ ਚੀਜ਼ ਵੀ ਇਸ ਦੇ ਖੇਤਰ ਦੇ ਅਧੀਨ ਆਉਂਦੀ ਆ। ਫਿਰ ਅੱਗੇ ਹੈਗਾ ਸਪੋਰਟਿੰਗ ਸਰਵਿਸਿਜ਼, ਸਪੋਰਟਿੰਗ ਸਰਵਿਸਿਜ਼ ਜਿਹੜੀਆਂ ਨੇ ਟਰਾਂਸਪੋਰਟੇਸ਼ਨ ਹੋ ਗਈਆਂ,
ਵੇਅਰਹਾਊਸਿਸ ਹੋ ਗਏ, ਲੋਜਿਸਟਿਕਸ ਹੋ ਗਏ, ਐਡਵਰਟਾਈਜ਼ਿੰਗ ਐਂਡ ਮਾਰਕੀਟਿੰਗ ਹੋ ਗਈ। ਇਹ ਸਾਰੀ ਚੀਜ਼ ਆ ਜਿਹੜੀ ਉਹ ਕਮਰਸ ਦੇ ਵਿਸ਼ਾ ਵਸਤੂ ਦੇ ਵਿੱਚ ਆਉਂਦੀ ਆ। ਫਿਰ ਟੈਕਨੋਲੋਜੀਕਲ ਇੰਟੀਗ੍ਰੇਸ਼ਨ, ਇਹਦੇ ਵਿੱਚ ਈ ਕਮਰਸ ਪਲੇਟਫਾਰਮਸ ਹੋ ਗਏ, ਡਿਜੀਟਲ ਪੇਮੈਂਟਸ ਹੋ ਗਈਆਂ, ਡਾਟਾ ਐਨਾਲਾਈਟਿਕਸ ਹੋ ਗਿਆ, ਇਹ ਸਾਰੀ ਚੀਜ਼ ਕੀ ਆ ਕਮਰਸ ਦੇ ਖੇਤਰ ਦੇ ਵਿੱਚ ਹੀ ਆਉਂਦੀ ਆ। ਫਿਰ ਲੀਗਲ ਐਂਡ ਰੈਗੂਲੇਟਰੀ ਆਸਪੈਕਟਸ ਨੇ ਜਿਹੜੇ, ਇਹਨਾਂ ਦੇ ਵਿੱਚ ਕਿਹੜੇ ਹੋ ਗਏ, ਕਮਰਸ਼ੀਅਲ ਲਾਜ਼ ਹੋ ਗਏ, ਕੰਜ਼ਿਊਮਰ ਪ੍ਰੋਟੈਕਸ਼ਨ ਹੋ ਗਈ, ਇੰਟਲੈਕਚੁਅਲ ਪ੍ਰੋਪਰਟੀ ਹੋ ਗਈ। ਇਹ ਸਾਰੀ ਚੀਜ਼ ਜਿਹੜੀ ਉਹ ਕਮਰਸ ਦੇ ਏਰੀਏ ਦੇ ਵਿੱਚ ਹੀ ਆਉਂਦੀ ਹੈ। ਫਿਰ ਗਲੋਬਲਾਈਜੇਸ਼ਨ ਐਂਡ ਇੰਟਰਨੈਸ਼ਨਲ ਕਮਰਸ, ਇਹਦੇ ਵਿੱਚ ਕੀ ਆਊਗਾ, ਮਲਟੀਨੈਸ਼ਨਲ ਕਾਰਪੋਰੇਸ਼ਨਸ, ਟ੍ਰੇਡ ਐਗਰੀਮੈਂਟਸ, ਕਰੰਸੀ ਐਕਸਚੇਂਜ। ਤਾਂ ਇਹ ਤੁਸੀਂ ਥੋੜ੍ਹਾ ਥੋੜ੍ਹਾ ਜਿਹੜਾ ਇਹਦੀ ਐਕਸਪਲੇਨੇਸ਼ਨ ਦੇਖ ਸਕਦੇ ਹੋ। ਇਹ ਚੀਜ਼ਾਂ ਨੇ ਜਿਹੜੀਆਂ ਉਹ ਕਮਰਸ ਦੇ ਸਕੋਪ ਦੇ ਵਿੱਚ ਆਉਂਦੀਆਂ ਨੇ, ਕਿਉਂਕਿ ਲੈਂਥੀ ਆ, ਲੈਂਥੀ ਕਰਕੇ ਹੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਹੈਡਿੰਗ ਵਗੈਰਾ ਹੀ ਦੱਸ ਰਹੀ ਹਾਂ। ਸੋਸ਼ਲ ਐਂਡ ਇਨਵਾਇਰਮੈਂਟਲ ਰਿਸਪੋਂਸੀਬਿਲਟੀ ਨੇ, ਇਹਦੇ ਵਿੱਚ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਅਤੇ ਸਸਟੇਨੇਬਲ ਕਮਰਸ ਆਉਂਦੀ ਆ। ਫਿਰ ਕੰਜ਼ਿਊਮਰ ਬਿਹੇਵੀਅਰ ਅਤੇ ਜਿਹੜਾ ਐਕਸਪੀਰੀਅੰਸ ਆ ਉਹ ਆਉਂਦਾ ਹੈ, ਮਾਰਕੀਟ ਰਿਸਰਚ, ਕੰਜ਼ਿਊਮਰ ਦੀ ਪ੍ਰੈਫਰੈਂਸਿਸ ਦੇਖੀਆਂ ਜਾਂਦੀਆਂ ਨੇ, ਕਸਟਮਰ ਸਰਵਿਸ, ਪੋਜ਼ਿਟਿਵਲੀ ਜਿਹੜੀ ਇੰਟਰੈਕਸ਼ਨ ਅਤੇ ਸੈਟਿਸਫੈਕਸ਼ਨ ਇਹਦੇ ਵਿੱਚ ਆਉਂਦੇ ਨੇ। ਫਿਰ ਨੈਕਸਟ ਹੈ ਅਮਰਜਿੰਗ ਟ੍ਰੈਂਡਸ, ਇਹ ਵੀ ਜਿਹੜੇ ਨੇ ਕਮਰਸ ਦੇ ਖੇਤਰ ਦੇ ਵਿੱਚ ਆਉਂਦੇ ਆ। ਨਿਊ ਟ੍ਰੈਂਡਸ ਨੇ ਜਿਹੜੇ, ਬਲੋਕਚੇਨ ਟੈਕਨੋਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਰਕੂਲਰ ਇਕਨੋਮੀ, ਇਹ ਸਾਰੀ ਚੀਜ਼ ਜਿਹੜੀ ਉਹ ਕਮਰਸ ਦੇ ਏਰੀਏ ਦੇ ਵਿੱਚ ਆਉਂਦੀ ਹੈ। ਫਿਰ ਗਵਰਨਮੈਂਟ ਐਂਡ ਪੋਲਿਸੀ ਇਨਫਲੂਐਂਸ, ਟ੍ਰੇਡ ਪੋਲਿਸੀਜ਼ ਅਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ। ਅੱਗੇ ਹੈਗੀ ਐਜੂਕੇਸ਼ਨ ਐਂਡ ਰਿਸਰਚ, ਇਹਦੇ ਵਿੱਚ ਕਮਰਸ ਐਜੂਕੇਸ਼ਨ ਅਤੇ ਰਿਸਰਚ ਐਂਡ ਡਿਵੈਲਪਮੈਂਟ, ਇਹਦੇ ਵਿੱਚ ਅੱਗੇ ਅਸੀਂ ਪੋਰਸ਼ਨ ਦੇ ਵਿੱਚ ਗੱਲ ਕੀਤੀ ਸੀ ਜਿਹੜੇ ਇਹਦੇ ਵਿਸ਼ੇ ਨੇ। ਫਿਰ ਅਸੀਂ ਲਾਸਟ 'ਤੇ ਕਹਾਂਗੇ ਕਿ ਸਕੋਪ ਆਫ ਕਮਰਸ ਇਜ਼ ਕੰਟੀਨਿਊਟਲੀ ਇਵੋਲਵਿੰਗ, ਡਰੀਵਨ ਬਾਈ ਟੈਕਨੋਲੋਜੀਕਲ ਐਡਵਾਂਸਮੈਂਟਸ, ਇਕਨੋਮਿਕ ਚੇਂਜਿਸ ਐਂਡ ਸ਼ਿਫਟਸ ਇਨ ਕਸਟਮਰਸ ਕੰਜ਼ਿਊਮਰਸ ਐਕਸਪੈਕਟੇਸ਼ਨਸ, ਪਾਰਟੀਸਪੈਂਟਸ ਇਨ ਕਮਰਸ ਇਕੋਸਿਸਟਮ ਇਨਕਲੂਡਿੰਗ ਬਿਜਨਸ, ਗਵਰਨਮੈਂਟਸ ਐਂਡ ਕੰਜ਼ਿਊਮਰਸ ਨੀਡ ਟੂ ਅਡੈਪਟ ਟੂ ਦੀ ਚੇਂਜਿਸ ਟੂ ਨੈਵੀਗੇਟ ਐਂਡ ਕੰਪਲੈਕਸ ਨੈਵੀਗੇਟ ਦਾ ਕੰਪਲੈਕਸ ਐਂਡ ਇੰਟਰਕਨੈਕਟ ਵਰਲਡ ਆਫ ਕਮਰਸ ਸਕਸੈਸਫੁਲੀ। ਤਾਂ ਕਮਰਸ ਦੇ ਵਿੱਚ ਸਕਸੈਸ ਹੋਣ ਲਈ ਸਾਨੂੰ ਇਸ ਦਾ ਸਕੋਪ ਸਮਝਣਾ ਪਊਗਾ। ਤਾਂ ਇਸ ਵੀਡੀਓ ਦੇ ਵਿੱਚ ਕੋਸ਼ਿਸ਼ ਕੀਤੀ ਹੈ ਮੈਂ ਮੈਕਸੀਮਮ ਜਿੰਨਾ ਵੀ ਤੁਹਾਨੂੰ ਹੋ ਸਕੇ, ਕਿਉਂਕਿ ਇੱਕ ਬੁੱਕ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਕਵਰ ਨਹੀਂ ਕਰ ਸਕਦੇ, ਇਸ ਲਈ ਐਕਸਟਰਾ ਨੌਲੇਜ ਦੇਣ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ। ਤਾਂ ਬਣੇ ਰਹੋ ਚੈਨਲ ਦੇ ਨਾਲ, ਲਾਈਕ ਕਰੋ, ਸ਼ੇਅਰ ਕਰੋ ਅਤੇ ਵੀਡੀਓ ਨੂੰ ਪੂਰੀ ਦੇਖੋ। ਓਕੇ, ਥੈਂਕਸ।